ਬਹੁਤ ਸ਼ੁਕਰੀਆ ਜੀ ਸਾਹਿਬ। ਅਤੇ ਸ਼ਾਇਦ ਕਿਸਾ ਖਾਨੀ ਦੀ ਜਿਹੜੀ ਵਾਕਿਆ ਆ ਸ਼ਹਾਦਾ ਦੀ, ਇਹ ਤਸਲਸਲ ਆ ਕਿ ਜਿਹੜਾ ਕਿ ਮਈ ਦੇ ਘਰ ਵੀ ਉਹਨਾਂ ਨੇ ਇਸ ਤਸਲਸਲ ਨੂੰ ਖਤਮ ਨਹੀਂ ਕੀਤਾ। ਯਕੇ ਬਾਅਦ ਦੀਗਰੇ ਸਾਡੇ ਪਿਸ਼ੋਰ ਦੀ ਸ਼ਖਸੀਅਤ ਜਿਹੜੀਆਂ ਤਾਂ ਉਹ ਸੀਨਾ ਸਪਰ ਰਹੀ ਆ। ਇਸ ਜਗ੍ਹਾ ਅਸੀਂ ਗਾਜ਼ੀ ਅਬਦੁਲ ਰਸ਼ੀਦ ਮਰਹੂਮ ਨੂੰ ਵੀ ਨਹੀਂ ਭੁੱਲਦੇ ਹਾਂ ਕਿ ਜਿਸ ਦੀ ਤਸਵੀਰ ਅਗਰ ਤੁਹਾਨੂੰ ਦੇਖਾ ਹੋਵੇ ਤਾਂ ਇੱਕ ਗੁਮਨਾਮ ਗੋਸ਼ੇ ਗੁਮਨਾਮੀ ਦੇ ਘਰ ਪਈ, ਅਤੇ ਸਾਨੂੰ ਇਸ ਕਾਰਡ ਦੀ ਬੈਗ ਦੇ ਉੱਤੇ ਇਸ ਤਸਵੀਰ ਨੂੰ ਸਾਨੂੰ ਛਾਪ ਆਵੇ। ਅਤੇ ਇਹ ਤਸਵੀਰ ਪਹਿਲੀ ਵਾਰੀ ਪਬਲਿਕਲੀ ਮੰਜ਼ਰ ਆਮ 'ਤੇ ਆਈ ਹੈ। ਇਹ ਉਹ ਸ਼ਖਸੀਅਤ ਹੈ ਕਿ ਜਿਸ ਨੇ ਉਸ ਸਰਜਨ ਨੂੰ ਕਤਲ ਕੀਤਾ ਹੈ ਕਿ ਜਿਹੜਾ ਉਹਦਾ ਖੁਦ ਜ਼ਹਿਰ ਦੇ ਟੀਕੇ ਉਹਨਾਂ ਜ਼ਖਮੀਆਂ ਨੂੰ ਲਗਾਉਂਦਾ ਹੈ ਕਿ ਜਿਹੜੇ ਇਸ ਵਾਕਿਆ ਦੇ ਦੌਰਾਨ ਦੇ ਘਰ ਜ਼ਖਮੀ ਹੋ ਕੇ ਹੋਸਪਿਟਲ ਦੇ ਘਰ ਜਾਂਦੇ, ਤਾਂ ਉਹਨਾਂ ਨੂੰ ਸੋ ਉਹਦੀ ਸ਼ਾਇਦ ਪਤਾ ਲੱਗਾ ਅਤੇ ਉਹਨਾਂ ਨੇ ਅਲ ਇਲਾਨ ਇਸ ਸ਼ਖਸ ਨੂੰ ਕਤਲ ਕੀਤਾ ਅਤੇ ਵੱਧ ਫਾਂਸੀ ਦੀ ਸੁਲੀ ਦੇ ਉੱਤੇ ਇਸ ਇਹ ਕਹਿ ਕੇ ਚੜ ਗਏ ਕਿ ਮੈਂ ਮਨੇ ਜਿਹੜਾ ਤਾਂ ਇਹ ਕੰਮ ਜਿਹੜਾ ਕੀਤਾ ਅਲ ਇਲਾਨ ਕੀਤਾ, ਅਤੇ ਮੈਂ ਜੈਸੇ ਮੁਕੱਦਮੇ ਦੇ ਘਰ ਇਹ ਨਹੀਂ ਕਹਿ ਸਕਦਾ ਕਿ ਮੈਨੇ ਇਹ ਕੰਮ ਨਹੀਂ ਕੀਤਾ। ਅਤੇ ਇਹ ਉਹ ਸ਼ਖਸੀਅਤ ਹੈ ਗਾਜ਼ੀ ਅਬਦੁਲ ਰਸ਼ੀਦ ਮਰਹੂਮ ਕਿ ਜਿਹੜੀ ਕਿ ਇਸ ਹਵਾਇਤ ਨਾਲ ਪਹਿਲੀ ਵਾਰੀ ਗੰਧਾਰਾ ਇਨਕੋ ਬੋਰਡ ਨੇ ਮੰਜ਼ਰ ਆਮ ਦੇ ਉੱਤੇ ਪੇਸ਼ ਕੀਤੀ ਹੈ। ਇਸ ਦੇ ਵਾਸਤੇ ਮੈਂ ਹੁਣ ਜਿਸ ਸ਼ਖਸੀਅਤ ਨੂੰ ਦਾਵਤ ਦੇਣਾ ਵਾਂ ਆਲੇ ਸਾਦਾਤ ਨੂੰ, ਅਤੇ ਸ਼ਹਿਰ ਪਿਸ਼ਾਵਰ ਦੇ ਘਰ ਅਗਰ ਕਿਸੇ ਨੂੰ ਇਸਤਿਕਾਮਤ ਅਤੇ ਸਬਾਤ ਦਾ ਦਰਜਾ ਕਿਸੇ ਸ਼ਖਸੀਅਤ ਨੂੰ ਹਾਸਿਲ ਹੈ, ਤਾਂ ਇਹ ਸ਼ਖਸੀਅਤ ਹੈ ਸੈਦ ਕਮਰ ਅਬਾਸ। ਅਗਰਚ ਇਹਨਾਂ ਦੇ ਆਪਣੇ ਇੱਕ ਨਜ਼ਰੀਆਤ ਉਹ ਸੁਣ ਸਿਆਸੀ ਹਵਾਲੇ ਦੇ ਨਾਲ, ਅਤੇ ਉਹਨਾਂ ਨੇ ਸ਼ਾਇਦ ਹੱਕ ਵੀ ਹੈ ਕਿ ਉਸ ਹਵਾਲੇ ਦੇ ਨਾਲ ਆਪਣੇ ਸਿਆਸੀ ਨਜ਼ਰੀਆਤ ਰੱਖਣ, ਅਤੇ ਉਹਨਾਂ ਵਿੱਚ ਕੈਦੋਬੰਦ ਦੀ ਜਿਹੜੀ ਸਹੂਲਤਾਂ ਬਰਦਾਸ਼ਤ ਕੀਤੀਆਂ ਹੋਣ, ਉਹ ਵੀ ਉਹਨਾਂ ਦਾ ਆਪਣੀ ਨਜ਼ਰੀਆਤੀ ਇਸਤਿਹਕਾਮ ਦੀ ਇੱਕ ਅਲਾਮਤ ਹੈ। ਲੇਕਿਨ ਅਸੀਂ ਇਸ ਵਕਤ ਉਹਨਾਂ ਨੂੰ ਦੇਖਦੇ ਹਾਂ ਤਾਂ ਅਸੀਂ ਸਵਾਲ ਦੇ ਨਾਲ ਦੇਖਦੇ ਹਾਂ ਕਿ ਹਜ਼ਰਤ ਫਾਰਿਸ ਬੁਖਾਰੀ ਮਰਹੂਮ ਦੇ ਫਰਜ਼ੰਦ ਦੇ ਅਰਜਮੰਦ ਹਨ, ਅਤੇ ਉਹਨਾਂ ਦਾ ਇਹ ਤਸਲਸਲ ਜੇ ਨਸਲਾਂ ਨੂੰ ਉਹਨਾਂ ਨੂੰ ਮਿਲਾਵੇ, ਉਸਨੇ ਇਸ ਨੇ ਗੁਮਾਇਆ ਨਹੀਂ ਗਾ ਬਲਕਿ ਉਸਨੂੰ ਇੱਕ ਕਾਇਮ ਕੀਤਾ ਵੇ। ਮੈਂ